ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਮਨੀਸ਼ ਸਿਸੋਦੀਆ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ, 10 ਲੱਖ ਦੇ ਬੇਲ ਬੌਂਡ ਤੇ ਮਿਲੀ ਜ਼ਮਾਨਤ। ਸਿਸੋਦੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੀਐਮ ਮਾਨ ਨੇ ਕੀਤਾ ਟਵੀਟ, ਕਿਹਾ ਸੱਚਾਈ ਦੀ ਜਿੱਤ ਹੋਈ। ਸਿਸੋਦੀਆ ਨੂੰ 17 ਮਹੀਨੇ ਜੇਲ੍ਹ ਚ ਰਹਿਣ ਤੋਂ ਬਾਅਦ ਮਿਲੀ ਜ਼ਮਾਨਤ। ਸ੍ਰੀ ਅਕਾਲ ਤਖ਼ਤ ਸਾਹਿਬ ਚ ਨਿਸ਼ਾਨ ਸਾਹਿਬ ਉੱਤੇ ਚੜਾਏ ਗਏ ਬਸੰਤੀ ਪੁਸ਼ਾਕੇ, ਦਰਬਾਰ ਸਾਹਿਬ ਚ 13 ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਦਲੇ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੇ ਜ਼ਮਾਨਤ ਦੇ ਦਿੱਤੀ ਹੈ। ਸਿਸੋਦੀਆ 17 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ। ਸਿਸੋਦੀਆ ਨੂੰ 10 ਲੱਖ ਰੁਪਏ ਦਾ ਬਾਂਡ ਭਰਨਾ ਹੋਏਗਾ। ਸਿਸੋਦੀਆ ਨੇ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਸ਼ਰਾਬ ਨੀਤੀ ਵਿੱਚ ਕਥਿਤ ਬੇਨੀਮੀਆਂ ਦੇ ਮਾਮਲੇ ਵਿੱਚ ਉਸਦੀ ਜ਼ਮਾਨਤ ਪਟੀਸ਼ਨ ਰੱਦ ਕੀਤੀ ਸੀ। ਮਾਮਲੇ ਦੀ ਆਖਰੀ ਸੁਣਵਾਈ 29 ਜੁਲਾਈ ਨੂੰ ਹੋਈ ਸੀ, ਜਿਸ 'ਚ ਈਡੀ ਨੇ ਜਵਾਬੀ ਹਲਫਨਾਮਾ ਦਾਖਲ ਕਰਨ ਲਈ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਜਸਟਿਸ ਬੀ ਆਰ ਗਵਈ ਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਸੁਣਵਾਈ ਮੁਲਤਵੀ ਕੀਤੀ। ਸਿਸੋਦੀਆ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਅਕਤੂਬਰ 2023 ਤੋਂ ਬਾਅਦ ਉਹਨਾਂ ਦੇ ਖਿਲਾਫ਼ ਕੇਸ 'ਚ ਕੋਈ ਪ੍ਰਗਤੀ ਨਹੀਂ ਹੋਈ, ਇਸ ਲਈ ਦਿੱਲੀ ਆਬਕਾਰੀ ਮਾਮਲੇ 'ਚ ਜ਼ਮਾਨਤ ਦੀ ਮੰਗ ਕਰਨ ਵਾਲੀ ਪਿਛਲੀ ਪਟੀਸ਼ਨ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਕੋਰਟ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਤੋਂ ਠੀਕ ਪਹਿਲਾਂ ਜਸਟਿਸ ਸੰਜੇ ਕੁਮਾਰ ਨੇ ਖੁਦ ਨੂੰ ਬੈਂਚ ਤੋਂ ਵੱਖ ਕਰ ਲਿਆ ਸੀ, ਜਿਸ ਤੋਂ ਬਾਅਦ ਸੁਣਵਾਈ ਟਾਲ ਦਿੱਤੀ ਗਈ ਸੀ। ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨਾਂ ਹੇਠਲੀ ਅਦਾਲਤ, ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਕਈ ਵਾਰ ਖਾਰਜ ਹੋ ਚੁੱਕੀਆਂ। ਸੁਪਰੀਮ ਕੋਰਟ ਵੱਲੋਂ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ। ਮੁੱਖ ਮੰਤਰੀ ਨੇ ਇਸ ਨੂੰ ਸੱਚਾਈ ਦੀ ਜਿੱਤ ਦੱਸਿਆ। ਉਹਨਾਂ ਆਖਿਆ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਸਿਸੋਦੀਆ ਨੂੰ 17 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਜ਼ਮਾਨਤ ਮਿਲੀ ਹੈ। ਇਸ ਮਾਮਲੇ 'ਤੇ ਆਦੇਸ਼ ਜੱਜ ਬੀ ਆਰ ਗਵਈ ਅਤੇ ਜੱਜ ਕੇ ਵੀ ਵਿਸ਼ਵਨਾਥ ਦੇ ਬੈਂਚ ਨੇ 3 ਦਿਨ ਪਹਿਲਾਂ 6 ਅਗਸਤ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸਿਸੋਦੀਆ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਦਰਅਸਲ ਹਾਈ ਕੋਰਟ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਸੀ, ਪਰ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਓਲੰਪਿਕ ਤਗਮਾ ਜੇਤੂ ਮਨੂ ਭਾਕਰ ਤੇ ਸਰਬਜੋਤ ਸਿੰਘ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਣ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਨੇ ਸੰਤ ਕਬੀਰ ਕੁਟੀਰ ਵਿਖੇ ਦੋਨੇ ਤਗਮਾ ਜੇਤੂਆਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਜਿੱਤ ਲਈ ਵਧਾਈ ਦਿੱਤੀ। ਦੋਵਾਂ ਖਿਡਾਰੀਆਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਨਮਾਨਿਤ ਵੀ ਕੀਤਾ। ਨਾਇਬ ਸੈਣੀ ਨੇ ਕਿਹਾ ਕਿ ਉਹਨਾਂ ਨੂੰ ਹਰਿਆਣਾ ਦੇ ਸਾਰੇ ਖਿਡਾਰੀਆਂ ਤੇ ਮਾਣ ਹੈ ਤੇ ਜਲਦ ਹੀ ਰਾਜ ਪੱਧਰੀ ਸਮਾਗਮ 'ਚ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
कुछ दिन पहला श्री अकाल तख्त साहिब तो पांच सिंह साहिबाना ने हुक्म जारी किया सी कि गुरुद्वारियां दे अंदर लगे निशान साहिब तो केसरी पोशाके बदल के बसंती ते सुरमई पोशाके पहनाए जान। इस दे चलदे अज श्री अकाल तख्त साहिब दे समेत श्री दरबार साहिब च 13 स्थानां ते लगे निशान साहिब नूं बसंती पोशाके चढ़ाए गए ने। सुखविंदर सिंह लाडी ने कहा कि श्री अकाल तख्त साहिब तो आए फैसले का स्वागत करते हैं। इस मौके अरदास करन उपरंत बसंती पोशाके चढ़ाए गए। श्री अकाल तख्त साहिब तो श्रोमणी गुरुद्वारा प्रबंधक कमेटी नूं हुक्म होया कि सारे ही गुरुद्वारा साहिबाना अंदर लगे निशान साहिब उपर सुरमई ते बसंती पोशाके चढ़ाए जाण। उसे हुक्म तहत श्री दरबार साहिब ते श्री अकाल तख्त साहिब ते निशान साहिब उपर बसंती रंग दे पोशाके चढ़ाए गए। सब तो पहला अरदास की गई ते अरदास करन उपरंत सेवादारां वल्लों निशान साहिब ते बसंती पोशाके चढ़ाए गए। जिहड़े निशान साहिब चढ़ाए जांदे उन्हां दे रंग च थोड़ा थोड़ा फर्क आ रहा सी। उस लगातारता क्योंकि एक वो रंग जड़ा वो बसंती नहीं सी, वो ज़्यादा लाल भा मारदा सी, जिहनूं कोई पगवारा कह दिंदा सी जी, कोई किसे तरह दा रंग कह सकदा सी। सिंह साहब वल्लों होए आदेश अनुसार असी समूह गुरद्वारा साहिबान नूं सरकूलर जारी कीता सी कि जिन्ने भी श्रोमणी गुरद्वारा प्रबंधक कमेटी दे प्रबंध हेठ गुरद्वारे आउंदे ने उहनां विच केसरी बसंती रंग का जिहड़ा चोला साहब चढ़ाया जाए। निहंग सिंघां दा निशान क्योंकि वह सुरमई चढ़ाते हैं, इस करके बसंती ते सुरमई रंग जिहड़े आ वह निशान साहब चढ़ाए जाते हैं। सिंह साहब दे आदेश की पालना करदे होए असीं समूह गुरद्वारा साहिब नूं सकूतर जारी किया। उस सिंह साहब दे आदेश नूं लागू करना श्रोमणी गुरद्वारा प्रबंधक कमेटी का फर्ज है। उन्हां आदेशां नूं दी पालना करदे असीं गुरद्वारा साहिबान ने श्रोमणी गुरद्वारा प्रबंधक कमेटी वालों भेजे सरकूलर अनुसार जिहड़ा ये गुरद्वारा साहिबान दे निशान साहब ने उन्हां दा रंग जिहड़ा वह बसंती कीता आ। ये क्योंकि अकाल तख्त दे जथेदार दा हुक्म मनना हर सिख दा फर्ज है, तो साडा भी फर्ज है कि अकाल तख्त साहब दे जथेदार दा हुक्म मनना। बीते दिन एक 22 साला नौजवान वालों धारीवाल नहर च छाल मार के खुदकुशी कर ली गई सी, पर इन्ने दिन बीत जाने के बाद भी नौजवान की लाश बरामद नहीं हुई। मृतक नौजवान की पहचान सुखमनदीप सिंह वासी रंगीलपुर थाना रंगड़ नंगल वजो हुई है, जिसकी थाना धारीवाल की SHO मैडम बलजीत कौर पूरी टीम गोताखोर की मदद नौजवान को लभण की कोशिश कर रहे हैं। पुलिस का कहना है कि उन्होंने पूरी कोशिश है कि सुखमनदीप लभ लिया जाएगा। उन्होंने दसिया है कि बरसात कारण नहर च पानी बहुत ज्यादा है, इसलिए थोड़ी मुश्किल आ रही है, पर उन्होंने कोशिश है जी जारी रही। ਕਾਰਨ ਕੋਈ ਨਹੀਂ, ਘਰੋਂ ਵੀ ਠੀਕ ਠਾਕ ਆ ਗਿਆ, ਨਹੀਂ ਕੋਈ ਲੜਾਈ ਝਗੜਾ, ਕੋਈ ਗੱਲਬਾਤ ਨਹੀਂ, ਘਰੋਂ ਮਿਲ ਕੇ ਆਇਆ। ਜਿਸ ਤਰ੍ਹਾਂ ਅੱਗੇ ਰੋਜ਼ ਮਿਲ ਕੇ ਆਉਂਦਾ, ਕਹਿੰਦਾ ਮੈਂ ਸੈਂਟਰ ਚੱਲਿਆ, ਸਾਨੂੰ ਨਹੀਂ ਪਤਾ ਫਿਰ ਕਿੱਥੇ ਗਿਆ ਆ। ਖੁਸ਼ ਸੀਗਾ ਆਪਣੇ ਮੰਮੀ ਡੈਡੀ, ਮੰਮੀ ਨੂੰ ਮਿਲ ਕੇ ਆਇਆ, ਦਾਦੀ ਦਾਦੀ ਨੂੰ, ਸਾਰਿਆਂ ਨੂੰ ਮਿਲ ਕੇ ਆਇਆ, ਕੋਈ ਗੱਲਬਾਤ ਨਹੀਂ ਆ। ਅਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ, ਸਾਨੂੰ ਕੁਛ ਨਹੀਂ ਪਤਾ। ਅਤੇ ਬਾਕੀ ਪ੍ਰਸ਼ਾਸਨ ਨੂੰ ਕਹਿੰਦੇ ਕਿ ਸਾਨੂੰ ਪਾਣੀ ਬੰਦ ਕਰਾ ਦੇਣ ਅਤੇ ਸਾਡਾ ਬੱਚਾ ਸਾਡੇ ਇੱਥੋਂ ਮਿਲ ਜਾਏ ਸਾਨੂੰ। ਸੁਖਨਪ੍ਰੀਤ ਸੀਗਾ, ਘਰ ਵਿੱਚ ਵੀ ਕੋਈ ਗੱਲ ਇੱਦਾਂ ਦੀ ਨਹੀਂ ਹੈਗੀ, ਪੇਰੈਂਟਸ ਵੀ ਸਾਨੂੰ ਮਿਲੇ ਹੈਗੇ ਆ। ਪਤਾ ਨਹੀਂ ਉਹਨੇ ਕਿਉਂ ਪੁਲ ਦੇ ਉੱਪਰੋਂ ਆਪਣੀ ਬਾਈਕ ਲਾ ਕੇ ਅਤੇ ਉਹਨੇ ਛਾਲ ਮਾਰ ਦਿੱਤੀ ਆ। ਅਸੀਂ ਕੱਲ੍ਹ ਦੇ ਹੀ ਇਹਨਾਂ ਨੂੰ ਦੇਖ ਰਹੇ ਹਾਂ, ਕੁਛ ਇੱਥੇ ਮੁੰਡੇ ਹੈਗੇ ਸੀਗੇ ਜਿਹੜੇ ਕਿ ਤਰਨ ਜਾਣਦੇ ਹੈਗੇ ਆ। ਆਪਾਂ ਜਦੇ ਹੀ ਉਹਨਾਂ ਨੂੰ ਨਹਿਰ 'ਚ ਵਾੜ ਦਿੱਤਾ ਹੈਗਾ ਸੀਗਾ ਵੀ ਆਪਾਂ ਦੇਖ ਲਈਏ,
ਪਰ ਸਾਨੂੰ ਮਿਲੇ ਨਹੀਂ। ਹੁਣ ਦੁਬਾਰਾ ਗੋਤਾਖੋਰ ਵੀ ਆਏ ਹੈਗੇ ਨੇ, ਉਹ ਵੀ ਕਰ ਰਹੇ ਆ ਪਾਲ, ਅਤੇ ਉਹਨਾਂ ਦੇ ਪਰਿਵਾਰ ਅਤੇ ਪਿੰਡ ਵਾਲੇ ਵੀ ਸਾਰੇ ਆਏ। ਸਾਰੇ ਅਸੀਂ ਜਿਹੜੇ ਹੈਗੇ ਆ ਇਸ ਲਾਸ਼ ਨੂੰ ਜਿਹੜੇ ਹੈਗੇ ਆ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਮਿਲ ਜੇ ਸਾਨੂੰ ਜਲਦ ਤੋਂ ਜਲਦ। 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਸੇ ਲੜੀ ਦੇ ਤਹਿਤ ADGP ਰਾਮ ਸਿੰਘ ਜਿੱਥੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕਰ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ। ਉੱਥੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਜੀ ਦਾ ਸ਼ੁਕਰਾਨਾ ਵੀ ਅਦਾ ਕੀਤਾ ਗਿਆ। ਦੱਸਦੀਏ ਕਿ ਰਾਮ ਸਿੰਘ ਪਹਿਲਾਂ ਵੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਹਿ ਚੁੱਕੇ ਨੇ ਅਤੇ ਅੰਮ੍ਰਿਤਸਰ ਦੇ ਚੱਪੇ ਚੱਪੇ ਤੋਂ ਵਾਕਿਫ ਨੇ। ਅੱਜ ਮੈਂ ਇੱਥੇ ਮੱਥਾ ਟੇਕਣ ਆਇਆ ਸੀਗਾ ਅਤੇ 15 ਅਗਸਤ ਕਰਕੇ ਮੈਂ ਸਿਕਿਉਰਿਟੀ ਅਰੇਂਜਮੈਂਟ ਦਾ ਰਿਵਿਊ ਕਰਨ ਅੰਮ੍ਰਿਤਸਰ ਆਇਆ ਸੀਗਾ ਅਤੇ ਨਾਲ ਹੀ ਗੁਰੂ ਨਗਰੀ ਚਾਨ ਕਰਕੇ ਮੈਂ ਆਸ਼ੀਰਵਾਦ ਲਿਆ ਅਤੇ ਇਹ ਅਰਦਾਸ ਕੀਤੀ ਕਿ ਸਭ ਕੁਛ ਸੁੱਖ ਸ਼ਾਂਤੀ ਨਾਲ ਫੰਕਸ਼ਨ ਪੂਰਾ ਹੋ ਜਾਏ ਅਤੇ ਨਾਲੇ ਸਾਰੇ ਪੁਲਿਸ ਮੁਲਾਜ਼ਮਾਂ ਵਾਸਤੇ ਅਤੇ ਸ਼ਹਿਰ ਦੇ ਨਿਵਾਸੀਆਂ ਵਾਸਤੇ ਵੀ ਮੈਂ ਉਹਨਾਂ ਦੀ ਖੁਸ਼ਹਾਲੀ ਵਾਸਤੇ ਵੀ ਅਰਦਾਸ ਕੀਤੀ। 15 ਅਗਸਤ ਨੂੰ ਲੈ ਕੇ ਕਿਵੇਂ ਤਿਆਰੀ ਮੁਕੰਮਲ ਚੱਲ ਰਹੀ ਹੈ 15 ਅਗਸਤ ਕਰਕੇ ਅਤੇ ਕਮਿਸ਼ਨਰ ਅੰਮ੍ਰਿਤਸਰ ਅਤੇ ਉਹਨਾਂ ਦੇ ਆਫਿਸਰਸ ਅਤੇ ਆਫਿਸ਼ੀਅਲਸ ਨੇ ਪੂਰੀ ਪਲਾਨਿੰਗ ਕਰ ਰੱਖੀ ਹੈ ਅਤੇ ਮੈਨੂੰ ਉਮੀਦ ਹੈ ਕਿ ਪਲਾਨਿੰਗ ਦੇ ਮੁਤਾਬਿਕ ਐਗਜੀਕਿਊਸ਼ਨ ਹੋਏਗਾ। ਹੁਸ਼ਿਆਰਪੁਰ ਦਸੂਹਾ ਦੇ ਪਿੰਡ ਮੀਰਪੁਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਸਿਪਾਹੀ ਤੇ ਜਾਨਲੇਵਾ ਹਮਲਾਕਾਰ ਉਸਦੀ ਬਾਂਹ ਵੱਢ ਦੇਣ ਦੇ ਮਾਮਲੇ 'ਚ ਦਸੂਹਾ ਪੁਲਿਸ ਵੱਲੋਂ ਕੀਤੀ ਗਈ ਢਿੱਲਮੱਠ ਤੋਂ ਨਾਰਾਜ਼ ਪਰਿਵਾਰ ਨੇ DSP ਦਸੂਹਾ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਕਈ ਸਮਾਜ ਸੇਵੀ ਸੰਸਥਾਵਾਂ ਨੇ ਪਰਿਵਾਰ ਦਾ ਸਾਥ ਦਿੱਤਾ ਅਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਜ਼ਖਮੀ ਸਿਪਾਹੀ ਹਰਭਜਨ ਸਿੰਘ ਦੇ ਪਰਿਵਾਰ ਨੇ ਪੁਲਿਸ 'ਤੇ ਮਾਮਲੇ 'ਚ ਢਿੱਲਮੱਠ ਕਰਨ ਦੇ ਦੋਸ਼ ਲਾਏ। ਅੱਜ ਅੰਬੇਡਕਰ ਸੈਨਾ ਵੱਲੋਂ ਮੀਰਪੁਰ ਜਿਹੜਾ ਦਸੂਹਾ ਦਾ ਪਿੰਡ ਆ ਉੱਥੇ ਫੌਜੀ ਹਰਭਜਨ ਸਿੰਘ 1 ਮਹੀਨੇ ਦੀ ਛੁੱਟੀ 'ਤੇ ਆਪਣੇ ਘਰ ਆਇਆ ਹੋਇਆ ਸੀਗਾ। ਉਹਦੇ 'ਤੇ ਜਿਹੜਾ ਉਹ ਸ਼ਰਾਰਤੀ ਅੰਸਰਾਂ ਨੇ ਘਰ ਜਾ ਕੇ ਹਮਲਾ ਕਰਕੇ ਉਹਨੂੰ ਜ਼ਖਮੀ ਕੀਤਾ। ਤੁਸੀਂ ਮੀਡੀਆ 'ਚ ਵੀ ਉਸ ਖਬਰ ਨੂੰ ਚਲਾਇਆ ਵੱਡੇ ਪੱਧਰ 'ਤੇ। 2 ਤਰੀਕ ਦੀ ਐਪੀਸੋਡ ਤੋਂ ਬਾਅਦ ਮੁਕੱਦਮਾ ਦਰਜ ਹੋਣ ਤੋਂ ਬਾਅਦ ਅੱਜ 8 ਤਰੀਕ ਹੋਣ 'ਤੇ ਕਵੀ ਜਿਹੜਾ ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫਤਾਰ 'ਚ ਨਹੀਂ ਆਏ ਹੈਗੇ ਔਰ ਜੋ ਅਫੈਂਸ ਬਣਦੀਆਂ ਸੀਗੀਆਂ ਉਹ ਧਰਾਵਾਂ ਵੀ ਹਾਲੇ ਨਹੀਂ ਜੋੜੀਆਂ ਗਈਆਂ। ਜਦਕਿ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਦੇ ਵਿੱਚ ਜਿਹੜਾ ਆ ਉਹ ਮੁਕੱਦਮਾ ਦਰਜ ਕੀਤਾ, 326 ਦਾ ਵੀ ਵਾਧਾ ਕੀਤਾ। ਪਰ ਜੋ ਅਫੈਂਸ ਹੋਰ ਬਣਦੀਆਂ ਸੀ ਪਰਿਵਾਰ ਦੇ ਮੁਤਾਬਕ ਘਰ 'ਚ ਆ ਕੇ ਹਮਲਾ ਕਰਨ ਦਾ, ਕਿਉਂਕਿ ਪਰਿਵਾਰ ਦਲਿਤ ਸਮਾਜ ਨਾਲ ਸੰਬੰਧਿਤ ਆ, ਦਲਿਤ ਜਿਹੜਾ ਅੱਤਿਆਚਾਰ ਰੋਕੂ ਐਕਟ SC ST ਐਕਟ ਵੀ ਇਹਦੇ ਵਿੱਚ ਬਣਦਾ ਸੀਗਾ ਅਤੇ ਔਰ 307 ਵੀ ਬਣਦੀ ਸੀ ਕਿਉਂਕਿ ਉਹ ਖੰਡੇ ਦੇ ਨਾਲ ਫੌਜੀ ਦੇ ਬਾਹਰ ਕੀਤਾ ਗਿਆ। ਉਹਨੇ ਬਚਾਅ ਦੇ ਲਈ ਜਿਹੜਾ ਆ ਸਿਰ ਦੇ ਬਚਾਅ ਦੇ ਲਈ ਮੂਹਰੇ ਬਾਂਹ ਕੀਤੀ ਤਾਂ ਉਹਦੀ ਬਾਂਹ 'ਤੇ ਵੀ ਜਿਹੜਾ ਉਹ ਸੱਟ ਕਰਕੇ ਗ੍ਰੀਵੀਅਸ ਸੱਟਾਂ ਜਿਹੜੀਆਂ ਮਾਰੀਆਂ ਹੈਗੀਆਂ ਆ। ਉਹਦੇ ਰਿਗਾਰਡਿੰਗ ਅਸੀਂ ਅੱਜ ਡਿਪ ਸਾਹਿਬ ਦੇ ਦਫ਼ਤਰ ਆਏ ਸੀਗੇ, ਡਿਪ ਸਾਹਿਬ ਸਾਨੂੰ ਮਿਲੇ ਨਹੀਂ ਹੈਗੇ। ਹਾਇਰ ਅਥਾਰਟੀ SP ਸਰਬਜੀਤ ਬਾਈਆ ਜੀ ਨਾਲ ਗੱਲ ਹੋਈ ਆ ਔਰ SHO ਸਾਹਿਬ ਨੇ ਵੀ ਕਿਹਾ ਕਿ ਮੈਨੂੰ ਸਿਰਫ 2 ਦਿਨ ਦਾ ਸਮਾਂ ਦਿਓ, ਮੈਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਕਰਾਂਗਾ ਔਰ ਜੇ 2 ਦਿਨਾਂ ਦੇ ਵਿੱਚ ਪੁਲਿਸ ਨਾਕਾਮ ਰਹਿੰਦੀ ਆ ਤਾਂ ਫਿਰ ਮਜ਼ਦੂਰ ਨੂੰ ਸਾਨੂੰ ਫਿਰ ਬਹੁਤ ਵੱਡੀ ਕਾਲ ਜਿਹੜੀ ਆ ਸਟੇਟ ਲੈਵਲ 'ਤੇ ਦੇਣੀ ਪਊਗੀ। ਕਿਉਂਕਿ ਇਹ ਹੀ ਥਾਣਾ ਪਿੰਡ ਮੀਰਪੁਰ ਵਿੱਚ ਇੱਕ ਲੜਾਈ ਝਗੜਾ ਸਾਡੇ ਕੋਲ ਮੈਟਰ ਆਇਆ ਸੀ, ਜਿਸ ਲੜਾਈ ਝਗੜੇ ਦੌਰਾਨ ਇਹ ਪਿੰਡ ਮੀਰਪੁਰ ਦੇ ਆਪਣੇ ਹਰਭਜਨ ਸਿੰਘ ਜੀ ਨੇ ਜਿਹੜੇ ਕਿ
ਫੌਜੀ ਹੈਗੇ ਨੇ ਅਤੇ ਉਹਨਾਂ ਲੜਾਈ ਝਗੜੇ ਦੌਰਾਨ ਪਿੰਡ ਦੇ ਕੁਛ ਜਿਹੜੇ ਉਹਨਾਂ ਦੇ ਵਸਨੀਕ ਸੀ ਉਹਨਾਂ ਵੱਲੋਂ ਹੀ ਲੜਾਈ ਝਗੜੇ ਦੌਰਾਨ ਉਹਦੇ ਸੱਟ ਮਾਰੀ ਗਈ ਸੀ, ਜਿਸ ਤਹਿਤ ਥਾਣਾ ਦਸੂਹਾ ਵਿਖੇ ਉਹਨਾਂ ਦਾ ਬਿਆਨ ਕਲਮਬੰਦ ਕਰਕੇ ਮੁਕੱਦਮਾ ਨੰਬਰ 163/24 ਅਸੀਂ ਦਰਜ ਰਜਿਸਟਰ ਕਰ ਲਿਆ ਸੀਗਾ। ਜੋ ਉਹਨੇ ਸਟੇਟਮੈਂਟ ਦੇ ਅਕੋਰਡਿੰਗ ਜਿਵੇਂ ਬਣਦੀਆਂ ਧਾਰਾਂ 118(1)-3(5) ਅਤੇ ਇਹ ਇਨੀਸ਼ੀਅਲ ਸਟੇਜ 'ਤੇ ਅਸੀਂ ਦਰਜ ਕੀਤਾ ਸੀਗਾ। ਉਸ ਤੋਂ ਬਾਅਦ ਜੋ ਡਾਕਟਰ ਦੀ ਪਿੰਨ ਲਿਖ ਕੇ ਜੋ 118(2) ਜੋ ਕਿ 326 ਆ ਉਹ ਅਸੀਂ ਵਾਧਾ ਜਨਮ ਕਰ ਦਿੱਤਾ ਹੈਗਾ। ਇਹਦੇ ਵਿੱਚ ਟੋਟਲ ਉਹਨਾਂ ਦੇ ਬਿਆਨ ਦੇ ਮੁਤਾਬਕ 3 ਦੋਸ਼ੀ ਸੀਗੇ ਜਿਹੜੇ ਮਾਰਨ ਵਾਲੇ ਸੀ, ਆਕਾਸ਼ਦੀਪ, ਪ੍ਰਭਦੀਪ ਸਿੰਘ ਅਤੇ ਸੋਨੂੰ, ਜਿਹੜੇ ਕਿ ਦੋਸ਼ੀ ਇਸ ਟਾਈਮ ਆਪਣੇ ਗ੍ਰਿਫਤਾਰੀ ਦੇ ਡਰੋਂ ਕਰਕੇ ਘਰੋਂ ਭੱਜੇ ਫਰਾਰ ਹਨ। ਪੁਲਿਸ ਵੱਲੋਂ ਉਹਨਾਂ ਦੇ ਰੇਡ ਕੀਤੀ ਜਾ ਰਹੀ ਹੈਗੀ ਹੈ। ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਨ ਦੇ ਦੜਾਵਾਲੀ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ਤੇ ਗੱਡੀ ਵਿੱਚ 2000 ਦਾ ਤੇਲ ਪਵਾ ਕੇ ਬਿਨਾਂ ਪੈਸਾ ਦਿੱਤੇ ਫਰਾਰ ਹੋਏ 5 ਨੌਜਵਾਨਾਂ ਨੂੰ ਥਾਣਾ ਘੁਮਾਨ ਦੀ ਪੁਲਿਸ ਦੀ ਟੀਮ ਨੇ 24 ਘੰਟਿਆਂ ਚੋਰੀ ਦੀ ਗੱਡੀ ਤੇ ਤੇਜ਼ ਧਾਰ ਹਥਿਆਰਾਂ ਸਣੇ ਕਾਬੂ ਕੀਤਾ। ਪ੍ਰੈਸ ਵਾਰਤਾ ਦੌਰਾਨ DSP ਰਾਜੇਸ਼ ਕੱਕੜ ਨੇ ਦੱਸਿਆ ਹੈ ਕਿ ਇਹਨਾਂ 5 ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਨੌਜਵਾਨ ਦੂਸਰੇ ਜ਼ਿਲ੍ਹੇ 'ਚੋਂ ਆ ਕੇ ਇੱਥੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸਨ, ਜਿਨ੍ਹਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬੱਜਚੱਕ ਨੇੜੇ ਦਸੂਹਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅਫੀਮ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਥਾਣਾ ਦਸੂਹਾ ਦੇ SHO ਹਰਪ੍ਰੀਤ ਸਿੰਘ ਨੇ ਦੱਸਿਆ ਕਿ SSP ਹੁਸ਼ਿਆਰਪੁਰ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਦਸੂਹਾ ਟੇਰਕੀਆਣਾ ਰੋਡ ਤੇ ਗਸ਼ਤ ਕਰਦੇ ਹੋਏ ASI ਸਰਬਜੀਤ ਸਿੰਘ ਦੀ ਟੀਮ ਵੱਲੋਂ ਇੱਕ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਦੋਂ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ। ਪੁਲਿਸ ਨੇ ਪਿੱਛਾ ਕਰਕੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 150 ਗ੍ਰਾਮ ਅਫੀਮ ਬਰਾਮਦ ਹੋਈ। ਉਕਤ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਬੱਜਚੱਕ ਵਜੋਂ ਹੋਈ ਹੈ, ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿੱਖ ਇਤਿਹਾਸ ਦੇ ਨਾਲ ਜੁੜੀ ਪੰਜਾਬੀ ਫਿਲਮ ਬੀਬੀ ਰਜਨੀ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੀ। ਇਸ ਮੌਕੇ ਫਿਲਮ ਟੀਮ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਫਿਲਮ ਦੀ ਸਟਾਰਕਾਸਟ ਨੇ ਦੱਸਿਆ ਕਿ ਫਿਲਮ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ ਅਤੇ ਬੀਬੀ ਰਜਨੀ ਦਾ ਇਤਿਹਾਸ ਹਰੇਕ ਸਿੱਖ ਨੂੰ ਪਤਾ। ਉਹਨੇ ਕਿਹਾ ਕਿ ਅਜਿਹੀਆਂ ਇਤਿਹਾਸਿਕ ਫਿਲਮਾਂ ਕਦੇ ਕਦੇ ਹੀ ਬਣਦੀਆਂ ਨੇ। ਉਹਨਾਂ ਕਿਹਾ ਕਿ 30 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸਦੇ ਚੱਲਦੇ ਅਸੀਂ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਪਹੁੰਚੇ। ਨੇ ਕਿਹਾ ਕਿ ਪਹਿਲਾਂ ਵੀ ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ ਨੇ ਅਤੇ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਅੱਜ ਵੀ ਉਹ ਪਹੁੰਚੇ ਨੇ। ਪੰਦਰਾਂ ਅਗਸਤ ਦੇ ਮੱਦੇਨਜ਼ਰ ਬਟਾਲਾ ਪੁਲਿਸ ਦੀਆਂ ਵੱਖ ਵੱਖ ਟੁਕੜੀਆਂ ਵੱਲੋਂ ਬਟਾਲਾ ਦੇ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ। DSP ਸਿਟੀ AD ਸਿੰਘ ਵੱਲੋਂ ਫਲੈਗ ਮਾਰਚ ਦੀ ਅਗਵਾਈ ਕੀਤੀ ਗਈ। DSP ਨੇ ਜਾਣਕਾਰੀ ਦਿੰਦੇ ਕਿਹਾ ਕਿ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣ ਲਈ ਅਤੇ ਜਿੰਨੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਫਲੈਗ ਮਾਰਚ ਕੱਢੇ ਜਾਂਦੇ ਨੇ, ਜਿਸ ਦਾ ਮੁੱਖ ਮਕਸਦ ਇਹ ਹੈ ਕਿ ਲੋਕਾਂ ਵਿੱਚ ਪੁਲਿਸ ਨਾਲ ਸਹਿਯੋਗ ਕਰਨ ਦਾ ਸੰਦੇਸ਼ ਜਾਵੇ ਤਾਂ ਜੋ ਆਜ਼ਾਦੀ ਦਿਹਾੜੇ 15 ਅਗਸਤ ਦਾ ਦਿਨ ਅਮਨ ਅਮਾਨ ਅਤੇ ਖੁਸ਼ਹਾਲੀ ਦੇ ਨਾਲ ਨਿਕਲ ਸਕੇ। ਅੱਜ ਜੀ 15 ਅਗਸਤ ਆਉਣ ਵਾਲੀ ਆ ਅਤੇ ਸੀਨੀਅਰ SSP ਸਾਹਿਬ ਦੀ ਹਦਾਇਤਾਂ 'ਤੇ, KGP ਸਾਹਿਬ ਦੀ ਹਦਾਇਤਾਂ 'ਤੇ 15 ਅਗਸਤ ਦੇ ਸੰਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ। ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਹੇ, 15 ਅਗਸਤ ਨੂੰ ਖੁਸ਼ੀ ਖੁਸ਼ੀ ਮਨਾਉਣ। ਜੇ ਕੋਈ ਲਵਾਰਸ ਚੀਜ਼ ਮਿਲਦੀ ਹੈ, ਲਵਾਰਸ ਮੋਟਰਸਾਈਕਲ ਮਿਲਦਾ, ਕੋਈ ਬੈਗ ਮਿਲਦਾ, ਉਹਦੇ ਸਾਨੂੰ ਸੋਚਣਾ ਦੇਣ, ਕੋਈ ਅਣਸਖਾ ਵੀ ਘਟਨਾ ਨਾ ਵਾਪਰ ਜੇ, ਇਸ ਕਰਕੇ ਫਲੈਗ ਮਾਰਚ ਕਰ ਰਹੇ ਹਾਂ।
ਵਿਨੇਸ਼ ਫੋਗਾਟ ਨੂੰ ਲੈ ਕੇ ਅਦਾਕਾਰ ਸੋਨੀਆ ਮਾਨ ਦਾ ਬਿਆਨ ਸਾਹਮਣੇ ਆਇਆ। ਸੋਨੀਆ ਮਾਨ ਨੇ ਕਿਹਾ ਕਿ ਵਿਨੇਸ਼ ਫੋਗਾਟ ਉਹਨਾਂ ਲਈ ਪ੍ਰੇਰਣਾ ਤੇ ਹਮੇਸ਼ਾ ਰਹੇਗੀ। ਉਹਨੇ ਦੱਸਿਆ ਕਿ ਕਾਂਸਟੇਬਲ ਹਰਜੀਤ ਕੌਰ ਫਿਲਮ ਆ ਰਹੀ ਹੈ ਤੇ ਅਸੀਂ ਉਸ ਟੀਮ ਵੱਲੋਂ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹਾਂ ਤੇ ਉਹ ਚਾਹੁੰਦੇ ਨੇ ਕਿ ਵਿਨੇਸ਼ ਫੋਗਾਟ ਤੇ ਬਾਇਓਪਿਕ ਬਣੇ। ਵਿਨੇਸ਼ ਫੋਗਾਟ ਜੀ ਕੋ ਡਿਊ ਟੂ ਵੇਟ ਡਿਸਕੁਆਲੀਫਾਈ ਕਰ ਦਿਆ ਗਿਆ, ਬਟ ਵੋ ਹਮਾਰੀ ਪ੍ਰੇਰਣਾ ਹੈ, ਹਮੇਸ਼ਾ ਰਹੇਗੀ ਹਮਾਰੇ ਲਈ ਇੰਸਪੀਰੇਸ਼ਨ, ਹਮਾਰੀ ਬਹਿਨੋ ਕੇ ਲੀਏ ਇੰਸਪੀਰੇਸ਼ਨ, ਕਿਉਂਕਿ ਸਪੋਰਟਸ ਕੋ ਹਮੇ ਹਮੇਸ਼ਾ ਹੀ ਬੜਾਵਾ ਦੇਣਾ ਚਾਹੀਏ। ਔਰ ਹਮਾਰੀ ਟੀਮ ਕੀ ਤਰਫ ਸੇ ਕਾਂਸਟੇਬਲ ਹਰਜੀਤ ਕੌਰ, ਇੱਕ ਹਮ ਫਿਲਮ ਕਰ ਰਹੇ ਹੈ ਕੇਬਲ 1 ਕੀ ਤਰਫ ਸੇ, ਕਾਂਸਟੇਬਲ ਹਰਜੀਤ ਕੌਰ ਕੀ ਸਾਰੀ ਟੀਮ ਕੀ ਤਰਫ ਸੇ ਇੱਕ ਟੋਕਨ ਆਫ ਰਿਸਪੈਕਟ ਹਮ ਉਹਨੇ ਦੇਣਾ ਚਾਹਤੇ ਹੈ, 5 ਲੱਖ ਰੁਪੀਜ਼, ਜੋ ਕਿ ਮੁਝੇ ਲਗਤਾ ਹੈ ਕਿ ਉਨਕੇ ਕਾਬਿਲ ਤੋ ਕੁਛ ਵੀ ਨਹੀਂ ਹੈ, ਬਟ ਹਮਾਰੀ ਤਰਫ ਸੇ ਇੱਕ ਰਿਸਪੈਕਟ ਹੈ ਉਨਕੇ ਲੀਏ, ਔਰ ਹਮ ਚਾਹਤੇ ਹੈ ਕਿ ਉਨਕੇ ਉੱਪਰ ਬਾਇਓਪਿਕ ਬਣੇ, ਔਰ ਆਈ ਵਿਲ ਬੀ ਵੈਰੀ ਲੱਕੀ ਇਫ ਆਈ ਵਿਲ ਪਲੇ ਦੈਟ ਰੋਲ, ਔਰ ਮੇਰੀ ਰਿਕੁਐਸਟ ਹੈ ਕੇਬਲ 1 ਸੇ, ਸਾਗਾ ਯੂਨੀਸਿਸ ਸੇ, ਕਿ ਉਨਕੇ ਉੱਪਰ ਬਾਇਓਪਿਕ ਬਣਨੀ ਚਾਹੀਏ, ਔਰ ਐਸੀ ਲੜਕੀਆਂ ਜੋ ਦੇਸ਼ ਕਾ ਨਾਮ ਰੋਸ਼ਨ ਕਰੇਂ, ਔਰ ਜਿਨ੍ਹਾਂ ਪਹਿਲਵਾਨੋ ਕੇ ਲੀਏ ਧਰਨਾ ਲਗਾਇਆ ਥਾ, ਵੀ ਹੈਵ ਰਿਸਪੈਕਟ ਫੋਰ ਹਰ। ਨੰਗਲ ਊਨਾ ਚੰਡੀਗੜ੍ਹ ਮੁੱਖ ਮਾਰਗ ਤੇ ਨੰਗਲ ਦੇ ਨਾਲ ਲੱਗਦੇ 2 ਪਿੰਡਾਂ ਹੇਠਲੀ ਬੰਦਹੇੜੀ ਤੇ ਹੇਠਲੇ ਰਾਏਪੁਰ ਦੇ 2 ਘਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰ ਲੱਖਾਂ ਦਾ ਸਮਾਨ ਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਸਵੇਰੇ ਤੜਕੇ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾਂਦੀ ਹੈ। ਚੋਰਾਂ ਵੱਲੋਂ ਹੇਠਲੇ ਰਾਏਪੁਰ ਦੇ ਘਰ ਵਿੱਚ ਘਰ ਦੀ ਗ੍ਰਿਲ ਤੋੜ ਕੇ ਘਰ ਦੇ ਵਿੱਚ ਦਾਖਲ ਹੋਏ ਤੇ ਇੱਕ ਟਰੰਕ ਨੂੰ ਆਪਣੇ ਨਾਲ ਲੈ ਗਏ ਤੇ ਘਰ ਤੋਂ ਦੂਰ ਖੇਤਾਂ ਵਿੱਚ ਜਾ ਕੇ ਉਸ ਟਰੰਕ ਦਾ ਤਾਲਾ ਤੋੜਿਆ ਤੇ ਉਸ ਵਿੱਚੋਂ 2 ਲੱਖ ਰੁਪਏ ਦੇ ਸੋਨੇ ਦੇ ਗਹਿਣੇ, 40,000 ਦੀ ਨਕਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਇਸ ਦੇ ਨਾਲ ਹੀ ਦੂਸਰੇ ਪਿੰਡ ਹੇਠਲੀ ਬੰਦਲੇੜੀ ਦੇ ਇੱਕ ਘਰ ਦੀ ਗ੍ਰਿਲ ਤੋੜ ਕੇ ਚੋਰ ਘਰ 'ਚ ਦਾਖਲ ਹੋਏ। ਇਸ ਤੋਂ ਪਹਿਲਾਂ ਕਿ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ, ਇਸ ਤੋਂ ਪਹਿਲਾਂ ਹੀ ਘਰ ਵਾਲੇ ਜਾਗ ਗਏ ਤੇ ਚੋਰ ਬਿਨਾਂ ਚੋਰੀ ਕੀਤੇ ਇਸ ਘਰ ਤੋਂ ਖਾਲੀ ਹੱਥ ਭੱਜ ਗਏ। ਪਰਿਵਾਰਕ ਮੈਂਬਰਾਂ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਮੌਕੇ 'ਤੇ ਪਹੁੰਚੀ ਨੰਗਲ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ। ਟਾਂਡਾ ਵਿਖੇ ਚੋਰਾਂ ਨੇ ਇੱਕ ਪ੍ਰਵਾਸੀ ਮਜ਼ਦੂਰਾਂ ਦੇ ਕਮਰਿਆਂ ਤੋਂ ਨਕਦੀ ਤੇ ਮੋਬਾਈਲ ਚੋਰੀ ਕਰ ਲਏ ਨੇ। ਚੋਰੀ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਫਲਾਂ ਦੀ ਰੇਹੜੀ ਲਗਾਉਣ ਦਾ ਕੰਮ ਕਰਦੇ ਨੇ। ਜਦੋਂ ਉਹ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਉਹਨਾਂ ਦੇ ਘਰ ਵਿੱਚੋਂ ਨਕਦੀ ਤੇ ਫੋਨ ਚੋਰੀ ਹੋ ਚੁੱਕੇ ਨੇ, ਜਿਸ ਸੂਚਨਾ ਉਹਨਾਂ ਟਾਂਡਾ ਪੁਲਿਸ ਨੂੰ ਦਿੱਤੀ ਹੈ ਤੇ ਚੋਰਾਂ ਦੀ ਭਾਲ ਕਰਨ ਉਹਨਾਂ ਦਾ ਸਮਾਨ ਵਾਪਿਸ ਕਰਾਉਣ ਦੀ ਉਹਨਾਂ ਪੁਲਿਸ ਅੱਗੇ ਬੇਨਤੀ ਕੀਤੀ। ਸੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਜਾਗਰੂਕਤਾ ਕੈਂਪ ਖੇਤੀਬਾੜੀ ਦਫ਼ਤਰ ਸ੍ਰੀ ਹਰਗੋਬਿੰਦਪੁਰ ਕਿਸ਼ਨਕੋਟ ਵਿਖੇ ਖੇਤੀਬਾੜੀ ਵਿਭਾਗ ਦਿਸ਼ਾ ਫਾਊਂਡੇਸ਼ਨ ਪੰਜਾਬ ਤੇ ਵਨ ਵਿਭਾਗ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਕੈਂਪ ਵਿੱਚ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਕੈਂਪ ਨੂੰ ਸੰਬੋਧਨ ਕਰਦੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਤੇ ਮੁੱਖ ਖੇਤੀਬਾੜੀ ਅਫਸਰ ਸੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਈ ਜਾਏ। ਇਸ ਕੈਂਪ 'ਚ ਪਹੁੰਚੇ ਕਿਸਾਨਾਂ ਨੂੰ ਹਲਕਾ ਵਿਧਾਇਕ ਤੇ ਖੇਤੀਬਾੜੀ ਵਿਭਾਗ ਵੱਲੋਂ ਬੂਟੇ ਵੀ ਵੰਡੇ ਗਏ। ਬੀਤੇ ਦਿਨੀ ਡੈਨਮਾਰਕ ਵਿਖੇ ਕਰਵਾਏ ਗਏ ਦਾਨਾ ਫੁੱਟਬਾਲ ਕੱਪ 'ਚ ਭਾਰਤ ਤੋਂ ਇਲਾਵਾ 119 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕੱਪ 'ਚ ਭਾਰਤੀ ਟੀਮ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਦੇ 2 ਖਿਡਾਰੀ ਏਕਮ ਸਿੰਘ ਤੇ ਹਰਮਨਦੀਪ ਸਿੰਘ ਨੇ ਭਾਰਤੀ ਟੀਮ ਰਾਹੀਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤ ਕੇ ਜਿੱਥੇ ਭਾਰਤ ਦਾ ਨਾਂ ਚਮਕਾਇਆ ਉੱਥੇ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਿਆਂ ਦਾ ਵੀ ਨਾਂ ਰੋਸ਼ਨ ਕੀਤਾ। ਡੈਨਮਾਰਕ ਤੋਂ ਮੈਡਲ ਜਿੱਤ ਕੇ ਪਿੰਡ ਪਹੁੰਚੇ ਫੁੱਟਬਾਲ ਖਿਡਾਰੀ ਹਰਮਨਦੀਪ ਸਿੰਘ ਤੇ ਏਕਮਜੋਤ ਸਿੰਘ ਦਾ ਉੱਘੇ ਖੇਡ ਪ੍ਰੇਮੀ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਵਾਲਿਆਂ ਤੇ ਪਿੰਡ ਦੀ ਵੱਡੀ ਗਿਣਤੀ ਵਿੱਚ ਲੋਕਾਂ ਤੇ ਖਿਡਾਰੀਆਂ ਵੱਲੋਂ ਦੋਵੇਂ ਖਿਡਾਰੀਆਂ ਦਾ ਪਿੰਡ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਇਹਨਾਂ ਖਿਡਾਰੀਆਂ ਵੱਲੋਂ ਗੋਲਡ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਗਈ ਤੇ ਬਾਅਦ ਵਿੱਚ ਇਹਨਾਂ ਖਿਡਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਵਿਖੇ ਹਫ਼ਤਾਵਾਰੀ ਕੀਰਤਨ ਸਮਾਗਮ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਤੇ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।